ਡੈਡੀ ਨਹੀਂ ਪੈ ਗਿਆ ਤੂੰ ਕਿਉਂ ਗਿਆ ਸਾਨੂੰ ਠੀਕ ਹੈ ਜੀ ਚਲੋ ਅਸੀਂ ਇਹਨਾਂ ਨੂੰ ਮਿਹਨਤਾਂ ਕਰੀਏ ਨਾ ਸਰ ਦਿਲਵਾਗ ਸਰ ਦੀ ਵਰਦੀ ਪੜਨ ਤੱਕ ਗਏ ਸੀ ਉਦੋਂ ਵੀ ਇਹਨਾਂ ਨੇ ਕੁਛ ਕਰਿਆ ਜੀ ਠੀਕ ਆ ਉਦੋਂ ਹੁਣ ਮੈਂ ਫੋਨ ਕਰ ਰਿਹਾ ਮੇਰੇ ਸਮਝ ਇਹਦੀ ਗੱਲ ਆ ਮੈਂ ਕਦੋਂ ਫੋਨ ਕਰ ਰਿਹਾ ਜੀ ਠੀਕ ਆ ਸੱਤ ਵਜੇ ਤੋਂ ਪਹਿਲਾਂ ਨਹੀਂ ਆ ਕੇ ਬੜੇ 6:15 ਦਾ ਹੋਇਆ ਹੈ ਹਾਰ ਕੇ ਮੈਂ ਉੱਧਰ ਗਿਆ ਵਾਂ ਉੱਧਰ ਥਾਣੇ ਹਾਂਜੀ ਉੱਥੇ ਜਾ ਕੇ ਆਇਆ ਜੀ ਕੋਈ ਨਹੀਂ मकान नंबर क्लियर कर लो ਚਾਕੂ ਨਾਲ ਹੀ ਲਈ ਫਿਰਦਾ ਸੀ ਨਹੀਂ ਹੁਣ ਦੂਜੀ ਆਈ ਆ ਦੂਜੀ ਕਾਗਜ਼ ਆਈ ਆ ਦੂਜੀ ਕਰੀ ਅੱਛਾ ਹੋਰ ਥੋੜ੍ਹੇ ਮੋਟਰ ਨਿਕਲਿਆ ਕੀ ਗੱਲ ਹੋਈ ਅੱਜ ਕੁਛ ਨੀ ਹੋਇਆ ਡੈਡੀ ਕੰਮ ਕਰਵਾਏ ਸੀ 10 ਮਿੰਟ 2 ਮਿੰਟ ਹੋਏ ਸੀ ਇੱਥੇ ਬੋਰਡ ਤੇ ਗਏ ਮੈਂ ਹੁਣ ਇਸ ਦਰਵਾਜ਼ੇ ਤੋਂ ਦੇਖ ਕੇ ਉਹਨਾਂ ਨੂੰ ਅੰਦਰ ਆਈ ਆ ਤੇ ਜਾਡੂ ਪਤਾ ਲੱਗਿਆ ਉਹਨਾਂ ਨੇ ਮਾਰ ਦਿੱਤਾ ਹੁਣ ਬਹੁਤ ਜ਼ਿਆਦਾ ਮਾਰਿਆ ਮੈਂ ਖੁਦ ਵੀਡੀਓ ਦੇਖੀ ਆ ਉਹਨਾਂ ਕੋਈ ਦੁਸ਼ਮਣੀ ਕੋਈ ਲੜਾਈ ਝਗੜਾ ਕੁਛ ਨਹੀਂ ਸੀ ਆ ਪਤਾ ਨਹੀਂ ਕਿਉਂ ਮਾਰਿਆ ਕੌਣ ਸੀਗੇ ਬੰਦੇ ਉਹ ਇਕੱਲਾ ਇੱਕ ਜਣਾ ਸੀ ਰਿੰਕੂ ਉਹਨੇ ਮਾਰਿਆ ਆ ਕਾਹਦੇ ਨਾਲ ਮਾਰਿਆ ਹੈ ਚਾਕੂ ਨਾਲ ਦੇ ਚਾਕੂ ਨਾਲ ਧਾਰ ਵਾਲੇ ਦਾ ਤੇ ਹੁਣ ਕਿੱਥੇ ਤੁਹਾਡੇ ਡੈਡੀ ਕਿੱਥੇ ਨੇ ਡੈਡੀ ਸਿਵਲ ਹਸਪਤਾਲ ਚ ਭੁਪਿੰਦਰ ਸਿੰਘ ਜੀ ਕੀ ਹੋਇਆ ਜੀ ਅੱਜ ਇੱਥੇ ਅੱਜ ਇੱਥੇ ਮੇਰਾ ਛੋਟਾ ਭਰਾ ਆਇਆ ਸੀਗਾ 6 ਵਜੇ ਛੁੱਟੀ ਕਰਕੇ ਕੰਮ ਤੋਂ ਜੋਰਾ ਸਿੰਘ ਜੀ ਹਾਂ ਜੋਰਾ ਸਿੰਘ ਕੰਮ ਤੋਂ ਆਇਆ ਸੀਗਾ ਘਰ ਦੇ 6 ਵਜੇ ਛੁੱਟੀ ਕਰਕੇ ਨਾ 6:15 ਘਰ ਦੇ ਕਹਿੰਦੇ ਵੀ ਦੁੱਧ ਲੈ ਕੇ ਆਉਣਾ ਉਹ ਦੁੱਧ ਲੈਣ ਚਲੇ ਗਿਆ ਇੱਥੇ ਪਹਿਲਾਂ ਹੀ ਖੜੇ ਸੀਗੇ ਬੰਦੇ ਉਹ ਕੁੱਤੇ ਕਿਤੇ ਭੌਂਕਣ ਲੱਗੇ ਕੁੱਤੇ ਭੌਂਕਣ ਲੱਗਣ ਕਰਕੇ ਉਹ ਇੱਟਾਂ ਮਾਰਨ ਲੱਗੇ ਕੁੱਤਿਆਂ ਦੇ ਉਹ ਕਹਿੰਦੇ ਵੱਟੇ ਕਾਹਨੂੰ ਮਾਰ ਦਿਓ ਬਸ ਇੰਨੇ 'ਚ ਇਹਨਾਂ ਦੀ ਆਪਸ ਵਿੱਚ ਹੀ ਤੂੰ ਮੈਂ ਹੋ ਗਈ ਜੀ ਇੰਨੇ ਨੂੰ ਉਹਨੇ ਮੁੰਡੇ ਨੇ ਚਾਕੂ ਕੱਢਿਆ ਰਿੰਕੂ ਨੇ ਜੀ ਚਾਕੂ ਕੱਢ ਕੇ ਉਹਨੇ ਮੇਰੇ ਖਿਆਲ ਘੱਟੋ ਘੱਟ 3-4 ਵਾਰੀ ਉਹਦੇ ਚਾਕੂ ਮਾਰਿਆ ਇੱਥੇ ਜੀ ਉਹ ਤੋਂ ਬਾਅਦ ਫਿਰ ਖਿੱਚ ਕੇ ਪਰਾਂ ਨੂੰ ਲੈ ਗਏ ਉਹ ਕੈਮਰੇ ਸਾਹਮਣੇ ਪਤਾ ਨਹੀਂ ਕੀ ਚੱਕਰ ਲੈ ਗਿਆ ਜਦ ਤੱਕ ਉਹ ਡਿੱਗਿਆ ਨਹੀਂ ਹੈਗਾ ਮੇਰਾ ਭਰਾ ਜਦ ਤੱਕ ਇਹਨਾਂ ਨੇ ਮਾਰਨ 'ਤੇ ਨਹੀਂ ਹਟਿਆ ਜੀ ਪੁਰਾਣੇ ਉਹ ਮਾੜੀ ਮੋਟੀ ਪਹਿਲਾਂ ਲੜਾਈ ਹੋਈ ਸੀਗੀ ਉਹ ਤੋਂ ਬਾਅਦ ਕੰਪਰੋਮਾਈਜ਼ ਹੋ ਗਿਆ ਸੀਗਾ ਮੰਨਣ ਡਾਕਟਰ ਦੇ ਅਤੇ ਉਹਤੋਂ ਬਾਅਦ ਫਿਰ ਇਹਨਾਂ ਨੇ ਅੱਜ ਫਿਰ ਇਹੀ ਕੰਮ ਕੀਤਾ ਪ੍ਰਸ਼ਾਸਨ ਤੋਂ ਇਹੀ ਕਹਿੰਦਾ ਵੀ ਉਹ ਦੋਸ਼ੀਆਂ ਦੇ ਖਿਲਾਫ਼ ਜਿੰਨਾ ਛੇਤੀ ਹੋ ਸਕੇ ਕਾਰਵਾਈ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਤਾਂ ਸਿਵਲ ਹਸਪਤਾਲ ਪਏ ਨੇ ਡੈਡ ਬੋਡੀ ਬਸ ਜੀ